ਉਹ ਲਈਆ ਕਸਮਾ ਜਵਾਨਾਂ ਨੇ ਖਾਨੀ ਉਹ ਜਾਂਦੇ ਜਣਾ ਨੀ ਲਾਹੌਰ ਤੱਕ ਸਾਨੀ ਤਰੰਗੇ ਝੰਡੇ ਚੁਲ ਜਾਣਗੇ ਉਹ ਜੜ ਲੰਦਨ ਖਵਾਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਰਿਮਾਂ ਦਾ ਨੀ ਦਿਰਗਦਾ ਦਾ ਨੀ ਮਾ ਪਰ ਰਿਮਾਂ ਸੰ ਰਿਦਰ 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 ਕਿੱਸਾ ਪੁਰਾਣਾ ਇਸ਼ਕ ਕਾ ਦੁਸ਼ਮਨ ਜ਼ਮਾਨਾ ਇਸ਼ਕ ਕਾ एक ऐसे टैलेंट से मैं आपको मिलाने वाला हूं जिनका नाम राजू है और ये राजू जनाब यहां पर आपको बता दूं कि मांगकर गुजारा करते हैं और इनमें टैलेंट क्या है सिंगर भी हैं ਕੱਡੇ ਵਿੱਚ ਬੈਠਾ ਮੈਂ ਸੀਟੀਆਂ ਬਜਾਉਂਦਾ ਮੈਂ ਪੁੱਤ ਜੱਟ ਦਾ ਵੇ ਗੋਲੀਆਂ ਚਲਾਉਂਦਾ ਦੇਖੋ ਦੇਖੋ ਆਉਂਦੇ ਮੇਰੇ ਯਾਰ ਜਦੋਂ ਹੋ ਜਾਂਦੇ ਤਿਆਰ ਜਦੋਂ ਗੋਲੀ ਚੱਲਦੀ ਉਹ 라ਜੂ ਜਾਵੇ ਦਰਬਾਰ ਮਯਾ ਦਾ ਅੱਜ ਹੋਣਾ ਦੀ ਦਾ ਤੇਰਾ ਇਸ਼ਕ ਨੱਚਉਂਦਾ ਸੱਜਣਾ ਵੇ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਤੇਰਾ ਇਸ਼ਕ ਨੱਚਉਂਦਾ ਸੱਜਣਾ ਵੇ नहीं इस वक्त मैं माँ बाबे वाली के चरणों के पास हूँ यानी कि पासी में मंदिर है माँ बाबे वाली का और आप सबको मालूम ही है कि पूरे जम्मू में माँ बाबे वाली का आशीर्वाद है और एक ऐसे टैलेंट से मैं आपको मिलाने वाला हूँ जिनका नाम राजू है और ये राजू जनाब यहाँ पर आपको बता दू कि मांग कर गुजारा करते हैं और इनमें टैलेंट क्या है सिंगर भी हैं ये हमारे जम्मू कश्मीर केंद्र शासित प्रदेश की बात की जाए तो ऐसा टैलेंट आपको हर जगह मिल सकता है लेकिन एक्सप्लोर करने की जरूरत है जम्मू परिवर्तन आज इनसे बातचीत करने आया है जनाब सिंगिंग का शौक आपको कब से था ये बताए इसलिए मैं, इस मैं अपनी मर्जी ना मैं रंदा ही, हाँ जी? अच्छा गो तेरा इश्क न सजना है, ते नचना नहीं ਤੇਰਾ ਇਸ਼ਕ ਨਾ ਚਾਉਂਦਾ ਸੱਜਣਾ ਵੇ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਓ ਸੂਫੀਆ ਤੂੰ ਸੋਹਣਾ ਏ ਤੇਰੇ ਵਰਗਾ ਨੂਰ ਨਹੀਂ ਹੋਣਾ ਓ ਸੂਫੀਆ ਤੂੰ ਸੋਹਣਾ ਏ ਤੇਰੇ ਵਰਗਾ ਨੂਰ ਨਹੀਂ ਹੋਣਾ ਤੇਰੇ ਕਰਕੇ ਹੱਸਣਾ ਸਾਨੂੰ ਤੇ ਹੱਸਣਾ ਨਹੀਂ ਆਉਂਦਾ ਤੇਰਾ ਇਸ਼ਕ ਨਾ ਚਾਉਂਦਾ ਸੱਜਣਾ ਵੇ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਓ ਸੁਫੀਆਂ ਤੂੰ ਸੋਹਣਾ ਏ ਤੇਰੇ ਵਰਗਾ ਨੂਰ ਨਹੀਂ ਹੋਣਾ ਬਸ ਥੈਂਕ ਯੂ so much bro ਪਈ ਪਈਨ ਵੀ ਤੁਸੀਂ ਗਾਉਂਦੇ ਫਰੀ ਗਾਣੇਗੇ ਹਾਂਜੀ ਭਾਜਨ ਆ ਮਾਰੇ ਆਪਣੇ ਲਾੜ ਹੋਵੇ ਫੇਰ ਸੁਣਾ ਓ ਇਸਕੇ ਬੁੱਲੇ ਨੂੰ ਨੱਚਾਵੇ ਯਾਰ ਕੇ ਨੱਚਣਾ ਪੈਂਦਾ ਏ 1 ਵਾਰ 15 ਮਿੰਟ ਹੈ ਨਾ ਓ ਸ਼ਿਵ ਸ਼ਕਤੀ ਦਾ ਰੂਪ ਨੁਰਾਨੀ ਖੁਸ਼ੀਆਂ ਵੰਡਦੀ ਮਾਕਲਿਆਣੀ ਸ਼ਿਵ ਸ਼ਕਤੀ ਦਾ ਰੂਪ ਨੂ ਰਾਣੀ ਖੁਸ਼ੀਆਂ ਵੰਡਦੀ ਮਾਕਲਿਆਣੀ ਉਹ ਰਜੂ ਜਾਵੇ ਦਰਬਾਰ ਮਯਾ ਦਾ ਅੱਜ ਹੋਣਾ ਦੀਦਾਰ ਅੱਜ ਹੋਣਾ ਦੀਦਾਰ ਮਯਾ ਦਾ ਅੱਜ ਹੋਣਾ ਦੀਦਾਰ ਉਹ ਸਾਨੂੰ ਤੇ ਨੱਝਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਸਜਣਾ ਏ ਸਾਨੂੰ ਤੇ ਨਚਣਾ ਨਹੀਂ ਆਉਂਦਾ ਬਾਜ ਜੈ ਕਰ ਮਹਾਮਾਈ ਦਾ ਬੋਲ ਸੱਚੇ ਦਰਬਾਰ ਕੀ ਜੈ ਤੋ ਇਹ ਰਾਜੂ ਹੈ ਔਰ ਇਨਕੀ ਆਵਾਜ਼ ਆਪਕੋ ਕੈਸੀ ਲਗੀ ਆਪ ਆਪਣੀ رائے ਜ਼ਰੂਰ ਕਮੈਂਟ ਬਾਕਸ ਮੇ ਰੱਖੇਗਾ ਔਰ ਕੁਝ ਸੁਣਾ ਸਕਤੇ ਹੈ ਕੋਈ ਭਜਨ ਜਾਂ ਗਾਣਾ ਕੋਈ ਗੱਡੀ ਵਿੱਚ ਬੈਠਾ ਮੈਂ ਸੀਟੀਆਂ ਵਜਾਉਂਦਾ ਨਾ ਪੁੱਤ ਜੱਟ ਦਾ ਵੇ ਗੋਲੀਆਂ ਚਲਾਉਂਦਾ ਦੇਖੋ ਦੇਖੋ ਆਉਂਦੇ ਮੇਰੇ ਯਾਰ ਜਦੋਂ ਹੋ ਜਾਂਦਾ ਤੈ ਯਾਰ ਜਦੋਂ ਗੋਲੀ ਚੱਲਦੀ ਗੱਡੀ ਵਿੱਚ ਬੈਠਾ ਮੈਂ ਸੀਟੀਆਂ ਬਜਾਉਂਦਾ ਮੈਂ ਪੁੱਤ ਜੱਟ ਦਾ ਵੈ ਗੋਲੀਆਂ ਚਲਾਉਂਦਾ ਦੇਖੋ ਦੇਖੋ ਆਉਂਦੇ ਮੇਰੇ ਯਾਰ ਜਦੋਂ ਹੋ ਜਾਂਦਾ ਤੈ ਯਾਰ ਇਹ ਮਸੇ ਰੱਖ ਇਹ ਮਸੇ ਬੰਦੂਕ ਕੇਦੇ ਚੱਕ ਇਹ ਮਸੇ 24 ਘੰਟੇ ਰਹਿੰਦੇ ਮੇਰੇ ਪਿੱਛੇ ਪੁਲਿਸ ਵਾਲੇ ਇਹ ਮਸੇ ਦੇਖ ਮੇਰੇ ਯਾਰ ਦੇਖੋ ਦੇਖੋ ਜਦੋਂ ਹੋ ਜਾਂਦਾ ਤੈ ਯਾਰ ਉਹ ਜਿਹੜੇ ਮਾਰਦੇ ਨੇ ਫੋਕੇ ਨਲ ਕਰ ਨਹੀਂ ਉਸਰ ਕਰ ਦੇਣ ਅੱਲਾ ਨੂੰ ਪਿਆਰ ਨੇ ਤੇ ਰੰਗ ਝੰਡੇ ਚੁੱਲ ਜਾਣਗੇ ਉਹ ਜੜ ਲੰਦ ਨੇ ਖਵਾਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਉਹ ਲਈਆਂ ਕਸਮਾ ਜਵਾਨ ਨੇ ਖਾਨੀ ਉਹ ਜਾਂਦੇ ਜਣਾ ਨੇ ਲਾਹੌਰ ਤੱਕ ਸਾਨੀ ਤੇ ਰੰਗ ਝੰਡੇ ਚੁੱਲ ਜਾਣਗੇ ਉਹ ਜੜ ਲੰਦ ਨੇ ਖਵਾਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਜੈ ਕਰ ਮਹਾ ਮੈਦਾ ਬੋਲੋ ਸਾਚੇ ਦਰਬਾਰ ਕੀ ਜੈ ਔਰ ਸਾਡੇ ਵਿੱਚ ਕੋਈ ਰੰਜ ਸਿਆਣੀ ਪ੍ਰਵਾ ਇਹ ਪ੍ਰੇਮ ਪਿਆਰ ਨਾਲ ਸਾਰਿਆਂ ਨੂੰ ਗੋਣਾ ਕਿਉਂ ਜੀ ਉਹ ਸਾਡੇ ਅੰਕੂ ਸਾਹਿਬ ਜੀ ਉਹਨਾਂ ਨੇ ਸਾਨੂੰ ਸਗਾ ਉਹ ਸਾਨੂੰ ਤਾਂ ਨੱਚ ਨਾ ਨਹੀਂ ਆਉਂਦਾ ਇਹ ਸਾਡੇ ਅੰਕੂ ਪ੍ਰਧਾਨ ਸਾਹਿਬ ਹੈ ਉਹ ਲੰਗਰ ਦੋ ਟਾਈਮ ਚਲਾਉਂਦੇ ਨੇ ਜੀ ਬਾਵੇ ਵਾਲੀ ਮਾਤਾ ਦੇ ਮੰਦਰ ਵਿੱਚ ਔਰ ਬੜਾ ਸੋਹਣਾ ਮੰਦਰ ਬਣਾਉਂਦੇ ਨੇ ਅੰਕੂ ਸਾਹਿਬ ਰਾਜੂ ਸਾਹਿਬ ਸੋਨੀ ਸਾਹਿਬ ਔਰ ਸਾਡੇ ਵਿੱਕੀ ਸਾਹਿਬ ਬਹੁਤ ਵਧੀਆ ਬਣਾਉਂਦੇ ਨੇ ਉਹ ਪ੍ਰਵੀਨ ਕਾਰੀਗਰ ਹੈ ਬਈ ਉਹ ਬਣਾਉਂਦੇ ਨੇ ਬਹੁਤ ਅਜਾ ਕਰਾ ਮਹਾ ਮੈਦਾ ਬੋਰਸਾ ਜਰ ਦਰਬਾਰ ਕੀ ਜੈ ਥੈਂਕ ਯੂ ਸੋ ਮਚ ਬਾਈ ਜੀ ਰਾਜੂ ਜੀ ਨੇ ਰੈਬੀ ਸੁਣਾ دیا ਭਜਨ ਵੀ ਸੁਣਾ دیا ਗਾਣੇ ਵੀ ਸੁਣਾ دیے ਰਾਜੂ ਜੀ ਕੁਆਲੀ ਸੁਣਾ ਸਕਤੇ ਕੋਈ ਸਮਝ ਸਕੇ ਨਾ ਕੀ ਬਾਤ ਹੈ ਸਮਝ ਸਕੇ ਨਾ ਸਮਝ ਸਕੇ ਨਾ ਲੋਗ ਸਿਆਣੇ ਇਸ਼ਕ ਕਰਤਬਾ ਰਤਬਾ ਇਸ ਕੀ ਜਾਨੇ ਕਿਸਾਪ ਇਸ ਦੁਨੀਆ ਦਾ ਖੇਲ ਰਚਾਇਆ ਇਸ਼ਕ ਕੀ ਖਾਤਰ ਆਪ ਖੁਦਾ ਨੇ ਇਸ਼ਕ ਕਰ ਰਤਬਾ ਇਸ਼ਕ ਕੀ ਜਾਨੇ ਇਸ਼ਕ ਕਰ ਰਤਬਾ ਰਤਬਾ ਇਸ਼ਕ ਕੀ ਜਾਨੇ ਰਮਾ ਦਾ ਨੀ ਦਰਗਦਾ ਦਾ ਨੀ ਮਾ ਪਰ ਰਮਸਾ ਨੀ ਦਰ 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 ਕਿੱਸਾ ਪੁਰਾਣਾ ਇਸ਼ਕ ਕਾ ਦੁਸ਼ਮਨ ਜ਼ਮਾਨਾ ਇਸ਼ਕ ਕਾ ਬਾਜੋ ਥੈਂਕ ਯੂ ਸੋਮਤ ਜੀ ਗਵਾਲੀਆਂ ਵੀ ਸੁਣ ਲਈ ਸੌਂਗ ਵੀ ਸੁਣ ਲੇ ਭਜਨ ਵੀ ਸੁਣ ਲੀਆ ਮਲਟੀ ਟੈਲੈਂਟਡ ਹੈ ਔਰ ਮਾਰਾ ਇਹ ਸੌਂਗ ਹੀ ਆਪਣਾ ਬਚਪਨ ਵਿੱਚੋਂ ਮੈਂ ਗੁੰਗੁਣਾਦਾ ਰਹਿੰਦਾ ਸੀ ਬਸ ਇਯੋ ਮੇਰੀ ਆਸ ਹੈ ਕਿ ਬਸ ਪ੍ਰੋਵਾਇਜ਼ ਟਾਈਮ ਪਾਸ ਕਰੀਏ ਮੇਰਾ ਕੋਈ ਟਿਕਾਣਾ ਹੈ ਨਹੀਂ ਉਹ ਮੈਂ ਇੱਥੇ ਰਹਿਣਾ ਜੋਨਾ ਪ੍ਰਵਾ ਮਹਾਮਾਇ ਦਾ ਦਰਬਾਰ ਵਿੱਚ ਇਯੋ ਮਸਜਿਦ ਮਸਜਿਦ ਮੰਦਿਰ ਇਹ ਸਾਰਾ ਕੁਝ ਹੈ ਮਹਾਮਾਇ ਦਾ ਦਰਬਾਰ ਵਿੱਚ ਰਾਜਾ ਬਹੁ ਲੋਚਨ ਨੇ ਬਣਾਇਆ ਸੁਣਿਆ ਕਿ ਕਰਨ ਵੀਰੇ ਡਾਕਟਰ ਕਰਨ ਮਨੀਰ ਸਿੰਘ ਅੱਜ ਵੀ ਉਹਨਾਂ ਦੇ ਹੈ बाकी अग्नि जो भी साहब होनी आप थैंक यू अंकु प्रधान साहब होने गल करो थैंक यू सो मच चलिए शुक्रिया तो राजू से हम बातचीत कर रहे थे मल्टी टैलेंटेड हैं हर एक प्रकार के जो है गा, गाने या भजन क्वालिज भी जो है ये गा लेते हैं और इनका टैलेंट आपको कैसे लगा क्योंकि आपकी राय तो जानना बहुत ही जरूरी है समझते लड़कियाँ मैं उनको कहता हूँ कि विदाउट डबेटर घर से बाहर मत निकले और कोरोना जब पुलिस वाले उसको मना करते हैं तो वो जरूर मास्क बिना मास्क को घर से बाहर नहीं निकले थैंक यू सो मच प्रिकॉशन के साथ ही घर से बाहर निकलें बिल्कुल सही कहा इन्होंने और इनका टैलेंट देख कर इनकी आवाज़ देख सुनकर आपको क्या लगता है क्योंकि आप अपनी राय ज़रूर रखेगा और, और आप अगर, अगर इनसे मिलना तो चाहते हैं तो आप माँ भावे वाली के दर्शन के साथ साथ उनके लौ बाद दर्शन करने के बाद आप इनसे भी मिल सकते हैं ये यहीं पे होते हैं और यहीं पे अपना गुजर बसरा कर रहे हैं आपको क्या लगता है खबर देकर आप अपनी राय जरूर कमेंट बॉक्स में रखिएगा तमाम जम्मू कश्मीर की बड़ी खबरें लेकर मैं आपके सामने फिर से हाजिर हूँ आप लोग देखते रहिए जम्मू परिवर्तन कैमरामैन अभिषेक कुमार के साथ जय माता दी